ਤਨੋ ਵਾਹਿਗੁਰੂ ਜੀਓ ਪ੍ਰਹਲਾਦ ਪਠਾਏ ਪੜਨੋਂ ਸਾਲ ਸੰਗ ਸਖ ਬਹੋਲੀਏ ਬਾਲ ਪ੍ਰਹਲਾਦ ਪਠਾਏ ਪੜਨ ਸਾਲ ਸੰਗ ਸਖ ਬੋਹ ਲੀਏ ਬਾਲ ਮੋਕੋ ਕਹਾਂ ਪੜਾਵਸ ਆੜ ਝਾੜ ਮੇਰੀ ਪਟਿਆ ਲਿਖ ਦੇਹੋ ਸ਼੍ਰੀ ਗੋਪਾਲ ਨਹੀਂ ਛੋਡੋਂ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾ ਸੰਡ ਮਰ ਕੈ ਕਹਿਓ ਜਾਈ ਪ੍ਰਹਿਲਾਦ ਬੁਲਾਈ ਬੇਗ ਧਾਈ ਤੂ ਰਾਮ ਕਹਿਨ ਕੀ ਛੋਡ ਬਾਨੋ ਤੁਜ ਤੁਰਤ ਛਡਾ ਮੇਰੋ ਕਹਿਓ ਮਾਨ ਮੋਕਉ ਕਹਾਂ ਸਤਾਵਹੁ ਬਾਰ ਬਾਰ ਪ੍ਰਭ ਜਾਲੋ ਥਾਲੋ ਗਿਰ ਕੀਏ ਪਹਾੜ ਇਕ ਰਾਮ ਨਾ ਛੋਡੋ ਗੁਰ ਹੈ ਗਾਰ ਮੁਕ ਕਾਲ ਜਾਰ ਪਾਵੈ ਮਾਰ ਡਾਰ ਕਾੜ ਖੜਗ ਕੋਪਿਉਰ ਸਾਇ ਤੁਜ ਰਖ ਨਹਾਰੋ ਮੋਹਿ ਬਤਾਇ ਪ੍ਰਭ ਥੰਬ ਤੇ ਨਿਕਸੇ ਕੈ ਬਿਸਥਾਰ ਹਰਨਾਖਸ਼ਿ ਸਿਧਿਓ ਨਖ ਬਿਦਾਰ ਹੋਏ ਪਰਮ ਪੁਰਖ ਦੇਵਾ ਦੂ ਦੇਵ ਭਗਤ ਹੇਤ ਨਰ ਸਿੰਘ ਭੇਵ ਕਹ ਕਬੀਰ ਕੋ ਲਖੈ ਨ ਪਾਰ ਪ੍ਰਹਿਲਾਦ ਦੀ ਉਧਾਰੀ ਅਨਕ ਬਾਰ ਕਹ ਕਬੀਰ ਕੋ ਲਖੈ ਨ ਪਾਰ ਪ੍ਰਹਲਾਦ ਦੀ ਉਦਾਰੇ ਅਨਕ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸواری ਸਾਧ ਸੰਗਤ ਜੀਓ ਮਾਲਕ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਸਤ ਸੰਗਤ ਦਾ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮ ਸਤਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਯਤਨ ਕਰਦੇ ਹਾਂ ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੂੰ ਲੜੀਵਾਰ ਵਿਚਾਰਨ ਅਤੇ ਸਮਝਣ ਦਾ ਸੁਇਸੇ ਲੜੀ ਤਹਿ ਤਾਪ ਜੀ ਨੇ ਭਗਤ ਕਬੀਰ ਜੀ ਮਹਾਰਾਜ ਦਾ ਉਚਾਰਨ ਕੀਤਾ ਪਾਵਨ ਸ਼ਬਦ ਰਾਗ ਬਸੰਤ ਦੇ ਵਿੱਚੋਂ ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1194 ਉੱਪਰ ਸੁਭਾਏਮਾਨ ਹੈ ਪਾਠ ਦੇ ਰੂਪ ਵਿੱਚ ਹਣੇ ਹੀ ਦਾਸ ਪਾਸੋਂ ਆਪ ਜੀ ਨੇ ਸਰਵਣ ਕੀਤਾ ਇਸ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਕੋਲ ਸੱਤ ਸ਼ਬਦ ਹਨ ਔਰ ਇਹ ਚੌਥਾ ਸ਼ਬਦ ਹੈ ਜਿਸ ਦਾ ਆਪ ਜੀ ਨੇ ਪਾਠ ਹੁਣੇ ਹੀ ਸੁਣਿਆ ਹੈ ਪ੍ਰਾਣਿਕ ਕਥਾਵਾਂ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਥਾਂ ਪਰਥਾਂ ਗੁਰੂ ਸਹਿਬਾਨ ਭਗਤ ਸਹਿਬਾਨ ਪਟ ਸਹਿਬਾਨਾਂ ਨੇ ਔਰ ਗੁਰਸਿੱਖਾਂ ਦੀ ਬਾਣੀ ਨੇ ਸਾਡੇ ਸਾਹਮਣੇ ਰੱਖਿਆ ਇਹਨੂੰ ਆਪਾਂ ਕਹਿੰਦੇ ਹਾਂ ਉਦਾਹਰਣ ਫੋਰ ਐਗਜ਼ਾਮਪਲ ਕਿਸੇ ਗੱਲ ਨੂੰ ਬਿਆਨ ਕਰਨ ਵਾਸਤੇ ਕਿਸੇ ਚੀਜ਼ ਦੀ ਵਿਆਖਿਆ ਕਰਦੇ ਆ ਐਕਸਪਲੇਨੇਸ਼ਨ ਦਿੰਦੇ ਆ ਜੋ ਲੋਕ ਕਥਾਵਾਂ ਦੇ ਵਿੱਚ ਜਿਹੜੀਆਂ ਕਥਾ ਕਹਾਣੀਆਂ ਹਵਾਲੇ ਚਾਹੇ ਉਹ ਇਤਿਹਾਸਕ ਹਨ ਚਾਹੇ ਉਹ ਮਿਥਕ ਹਨ ਉਹ ਪ੍ਰਚਲਿਤ ਨੇ ਐਸੇ ਮਟੀਰੀਅਲ ਉਸ ਨੂੰ ਆਪਣੇ ਪੱਖ ਦੀ ਸਿੱਧੀ ਵਾਸਤੇ ਜਾਂ ਕੋਈ ਗੱਲ ਸਮਝਾਉਣ ਵਾਸਤੇ ਗੁਰੂ ਪਾਤਸ਼ਾਹਾਂ ਨੇ ਬਾਣੀ ਦੇ ਵਿੱਚ ਵਰਤੀ ਹੈ ਉਹਦੇ ਰਾਹੀਂ ਕੋਈ ਸੁਨੇਹਾ ਸਾਨੂੰ ਦਿੱਤਾ ਹੈ ਕੋਈ ਉਪਦੇਸ਼ ਦਿੱਤਾ ਹੈ ਕੋਈ ਮੈਸੇਜ ਦਿੱਤਾ ਹੈ ਜਦੋਂ ਜੀਵ ਨੇ ਭਗਤੀ ਦੇ ਮਾਰਗ ਦੇ ਉੱਤੇ ਚੱਲਣਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਤੇ ਉਹਦੇ ਅੰਦਰ ਆਪਣੇ ਇਸ਼ਟ ਦੇ ਪ੍ਰਤੀ ਤਹਾ ਪ੍ਰੇਮ ਹੋਵੇ ਤੇ ਸਦਕ ਹੋਵੇ ਸਦਕ ਦਾ ਅਰਥ ਹੁੰਦਾ ਹੈ ਵੀ ਅੰਦਰ ਦਾ ਵਿਸ਼ਵਾਸ ਅਟੱਲ ਤੇ ਅਡੋਲ ਹੋਵੇ ਮੰਨ ਲਓ ਕਿਸੇ ਮਨੁੱਖ ਨੇ ਕਿਤੇ ਜਾਣਾ ਹੈ ਤੇ ਉਹ ਜਦੋਂ ਰਸਤਾ ਲੈਂਦਾ ਹੈ ਰਾਹ ਤੇ ਤੁਰਦਾ ਹੈ ਹੁਣ ਇੱਕ ਰਾਹ ਦੇ ਨਾਲ ਹੋਰ ਕਈ ਰਾਹ ਜੁੜੇ ਹੁੰਦੇ ਨੇ ਕੋਈ ਸੱਜੇ ਨੂੰ ਨਿਕਲਦਾ ਹੈ ਕੋਈ ਖੱਬੇ ਨੂੰ ਨਿਕਲਦਾ ਹੈ ਜੇ ਬੰਦਾ ਡਾਊਟਫੁਲ ਹੈ ਨਾ ਉਹਨੂੰ ਯਕੀਨ ਨਹੀਂ ਉਹਨੂੰ ਪਤਾ ਨਹੀਂ ਵੀ ਇਹ ਰਾਹ ਉੱਥੇ ਹੀ ਜਾਂਦਾ ਜਿੱਥੇ ਮੈਂ ਜਾਣ ਵਾਸਤੇ ਘਰੋਂ ਨਿਕਲਿਆ ਤਾਂ ਹਰ ਇੱਕ ਚੁਰਾਏ ਤੇ ਖਲੋ ਜਾਏਗਾ ਕਦੇ ਕਿਸੇ ਪਾਸੇ ਮੁੜ ਜਾਏਗਾ ਕਦੇ ਕਿਸੇ ਪਾਸੇ ਮੁੜ ਜਾਏਗਾ ਹੋ ਸਕਦਾ ਉਸਨੇ ਜਾਣਾ ਕਿਸੇ ਹੋਰ ਦਿਸ਼ਾ ਚ ਹੋਵੇ ਤੇ ਚਲਿਆ ਕਿਸੇ ਹੋਰ ਦਿਸ਼ਾ ਚ ਜਾਏ ਜਿੱਥੇ ਉਹਨੂੰ ਉਸ ਗੱਲ ਦਾ ਇਲਮ ਹੋਣਾ ਜ਼ਰੂਰੀ ਹੈ ਕਿ ਸਹੀ ਰਾਹ ਕਿਹੜਾ ਹੈ ਉਥੇ ਸ਼ਿੱਦਤ ਨਾਲ ਉਸ ਰਾਹ ਦੇ ਉੱਤੇ ਤੁਰਨਾ ਵੀ ਬੜਾ ਜ਼ਰੂਰੀ ਹੈ ਜੇ ਉਹ ਸਾਰੇ ਰਾਹ ਛਾਂਡਦਾ ਫਿਰੇਗਾ ਤੇ ਉਹ ਕਦੇ ਵੀ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕੇ ਇਸੇ ਤਰ੍ਹਾਂ ਇਸ ਚੀਜ਼ ਨੂੰ ਧਰਮ ਦੇ ਖੇਤਰ ਵਿੱਚ ਸਿਦਕ ਆਖਿਆ ਜਾਂਦਾ ਹੈ ਕਿ ਮੈਂ ਆਪਣੇ ਗੁਰੂ ਤੇ ਯਕੀਨ ਕਰਦਾ ਵਿਸ਼ਵਾਸ ਕਰਦਾ ਉਸ ਯਕੀਨ ਤੇ ਵਿਸ਼ਵਾਸ ਸਦਕਾ ਮੈਂ ਗੁਰੂ ਨੂੰ ਸਮਰਪਿਤ ਹੁੰਨਾ ਔਰ ਸਮਰਪਿਤ ਭਾਵ ਦੇ ਨਾਲ ਮੈਂ ਗੁਰੂ ਦੇ ਬਚਨ ਮੰਨ ਕੇ ਸਤਿਗੁਰੂ ਦੀ ਸਿੱਖਿਆ ਨੂੰ ਕਮਾ ਕੇ ਆਪਣਾ ਜੀਵਨ ਗੁਰਮਤ ਦੇ ਸਤਿਗੁਰੂ ਦੇ ਆਸ਼ੇ ਮੁਤਾਬਕ ਘੜਨ ਦਾ ਢਾਲਣ ਦਾ ਯਤਨ ਤੇ ਆਹਰ ਕਰ ਰਿਹਾ ਹਾਂ ਇਹ ਸਾਰਾ ਕੰਮ ਸਦਕ ਨਾਲ ਹੋਣਾ ਹੈ ਸ਼ੱਕ ਨਾਲ ਨਹੀਂ ਹੋ ਸਕਦਾ ਜਿੱਥੇ ਸ਼ੱਕ ਪੈਦਾ ਹੋ ਜਾਏਗਾ ਸੰਦੇਹ ਪੈਦਾ ਹੋ ਜਾਏਗਾ ਉੱਥੇ ਫਿਰ ਉਸ ਬਚਨ ਨੂੰ ਨਾ ਮੰਨਿਆ ਜਾ ਸਕਦਾ ਨਾ ਕਮਾਇਆ ਜਾ ਸਕਦਾ ਡਾਊਟਫੁਲ ਮਨੁੱਖ ਨਾ ਗੁਰੂ ਦੇ ਉਪਦੇਸ਼ ਨੂੰ ਮੰਨ ਸਕਦਾ ਨਾ ਕਮਾ ਸਕਦਾ ਨਾ ਉਹਦੇ ਮੁਤਾਬਕ ਜ਼ਿੰਦਗੀ ਢਾੜ ਸਕਦਾ ਤੇ ਨਾ ਹੀ ਉਹ ਉਸ ਮਿਆਰ ਤੇ ਖਰਾ ਉਤਰ ਸਕਦਾ ਜਿਹੜਾ ਮਿਆਰ ਸਤਿਗੁਰੂ ਨੇ ਸਿੱਖ ਵਾਸਤੇ ਸਿਰਜਿਆ ਡਾਊਟ ਸ਼ੱਕ ਸੰਦੇਹ ਇਹ ਸਿਦਕ ਨੂੰ ਕਮਜ਼ੋਰ ਕਰਦੇ ਜਿਵੇਂ ਕਿਸੇ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਏ ਕਿ ਉਹ ਦੀ ਛੱਤ ਖੜੀ ਨਹੀਂ ਰਹਿ ਸਕਦੀ ਜਿਸ ਰੁੱਖ ਦੀ ਜੜ ਬਿਮਾਰੀ ਨਾਲ ਗਰਸੀ ਜਾਏ ਉਹ ਹਰਿਆ ਭਰਿਆ ਨਹੀਂ ਰਹਿ ਸਕਦਾ ਨਾ ਉਹ ਪੱਤੇ ਹਰੇ ਰਹਿਣਗੇ ਨਾ ਫੁੱਲ ਲੱਗਣਗੇ ਨਾ ਫਲ ਲੱਗੇਗਾ ਨਾ ਛਾਂ ਦੇਵੇਗਾ ਹਾਂ ਜ਼ਮੀਨ 'ਚ ਭਾਵੇਂ ਖਲੋਤਾ ਰਵੇ ਆਪਾਂ ਐਸੇ ਰੁੱਖ ਵੀ ਵੇਨੇ ਜਿਹੜੇ ਜ਼ਮੀਨ 'ਚ ਬਿਲਕੁਲ ਅਡੋਲ ਖਲੋਤੇ ਹੁੰਦੇ ਨੇ ਪਰ ਸੁੱਕੇ ਹੁੰਦੇ ਤੇ ਉਹਨਾਂ ਨੂੰ ਵੇਖ ਕੇ ਸਾਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਪੀ ਨੂੰ ਬਿਮਾਰੀ ਜੜ ਤੋਂ ਲੱਗੀ ਹੈ ਪੀਰੋ ਖੈਨ ਖੜਾ ਹੈ ਨਾ ਇੱਕ ਵੀ ਪਤਾ ਉਹਦੇ ਉੱਤੇ ਨਹੀਂ ਫੁੱਲ ਤੇ ਫਲ ਨੂੰ ਲੱਗਣੇ ਕੀ ਸਨ ਐਨ ਸੁੱਕਾ ਸੁੱਕੀ ਲੱਕੜ ਜਿਵੇਂ ਕਿਸੇ ਨੇ ਜ਼ਮੀਨ 'ਚ ਗੱਡ ਦਿੱਤੀ ਹੋਵੇ ਉਹਨੂੰ ਵੇਖ ਕੇ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਪੀ ਇਹਨੂੰ ਕੀ ਹੋਇਆ ਹੋਏਗਾ ਪੀ ਇਹਨੂੰ ਬਿਮਾਰੀ ਕਿੱਥੋਂ ਸ਼ੁਰੂ ਹੋਈਗੀ ਜੜ ਤੋਂ ਹੀ ਬਿਮਾਰੀ ਸ਼ੁਰੂ ਹੋਈ ਧਰਮ ਨੂੰ ਸੱਚ ਨੂੰ ਅਸੂਲ ਨੂੰ ਗੁਰਮਤ ਨੂੰ ਕਮਾਉਣ ਦੀ ਜੜ ਹੈ ਉਹ ਸਿਦਕ ਸੰਦੇਹ ਤੇ ਸ਼ੱਕ ਦੀ ਬਿਮਾਰੀ ਹੈ ਜੇ ਜੜ੍ਹ ਨੂੰ ਬਿਮਾਰੀ ਪੈ ਜਾਏ ਹੋ ਸਕਦਾ ਹੈ ਬਾਹਰੋਂ ਮੇਰੀ ਦਿੱਖ ਸਿੱਖ ਵਾਲੀ ਹੋਵੇ ਮੇਰੀ ਦਿੱਖ ਰੱਬ ਦੇ ਬੰਦੇ ਵਾਲੀ ਹੋਵੇ ਬਾਹਰੋਂ ਮੈਂ ਇਉਂ ਹੀ ਨਜ਼ਰ ਆਉਂਦਾ ਹਾਂ ਵੀ ਬੰਦਾ ਬੜਾ ਧਾਰਮਿਕ ਹੈ ਰੱਬ ਨੂੰ ਮੰਨਣ ਵਾਲਾ ਹੈ ਪਰ ਮੇਰੀ ਹਾਲਤ ਸੁਰੱਖ ਵਰਗੀ ਹੋਏਗੀ ਜਿਹੜਾ ਜ਼ਮੀਨ ਦੇ ਵਿੱਚ ਖੜਾ ਹੈ ਪਰ ਉਹਨੂੰ ਨਾ ਪਤਾ ਹੈ ਕੋਈ ਨਾ ਹਰੀਆਲੀ ਉਹਦੇ ਉੱਤੇ ਕੋਈ ਸੁੱਕੀ ਲੱਕੜ ਵਾਂਗ ਉਹ ਵੱਧ ਫੁੱਲ ਨਹੀਂ ਸਕਦਾ ਉਹ ਖੁਰੇਗਾ ਹੀ ਖੁਰੇਗਾ ਸਮੇਂ ਨਾਲ ਤਾਂ ਉਹ ਜੇ ਸੰਦੇਹ ਹੈ ਸ਼ੱਕ ਹੈ ਡਾਊਟਫੁਲ ਹੈ ਮਨ ਸੁਰਤ ਤਾਂ ਸਮਝੋ ਵੀ ਉਹਦੀ ਜੜ ਤੋਂ ਬਿਮਾਰੀ ਪਈ ਹੈ ਇਹਨੇ ਅੱਗੇ ਨਹੀਂ ਵਧਣਾ ਇਹ ਇਦੋਂ ਪਛਾਈ ਜਾਏਗਾ ਜਿੱਧਰ ਨੂੰ ਜਾਏਗਾ ਹਾਂ ਦੇਸ ਜ਼ਰੂਰ ਰਿਹਾ ਵੀ ਜ਼ਮੀਨ 'ਚ ਖੜਾ ਹੈ ਇਹ ਰੁਕ ਉਹਦੀ ਗਿਣਤੀ ਰੁੱਖਾਂ 'ਚ ਹੋ ਜਾਂਦੀ ਹੈ ਕਈ ਵਾਰ ਵੀ ਇਸ ਇਸ ਜਗ੍ਹਾ ਤੇ ਵੇਖੋ ਚਾਰ ਰੁੱਖ ਨੇ ਇੱਕ ਤੇ ਸੁੱਕਾ ਹੈ ਗਿਣਨ ਵਾਲੇ ਨੇ ਉਹਨੂੰ ਵਿੱਚ ਗਿਣ ਲੈ ਬਜਮੀਂ 'ਚ ਖੜਾ ਚੱਲੋ ਰੁੱਖਾਂ 'ਚ ਗਿਣਤੀ ਕਰ ਲਓ ਤਾਂ ਅਸੀਂ ਆਪਣੀ ਗਿਣਤੀ ਜਾਂ ਦੂਜੇ ਸਾਡੀ ਗਿਣਤੀ ਕਈ ਵਾਰ ਧਰਮੇਈ ਮਨੁੱਖਾਂ 'ਚ ਕਰ ਲੈਂਦੇ ਨੇ ਰੱਬ ਦੇ ਬੰਦਿਆਂ 'ਚ ਕਰ ਲੈਂਦੇ ਨੇ ਗੁਰੂ ਦੇ ਸਿੱਖਾਂ 'ਚ ਕਰ ਲੈਂਦੇ ਨੇ ਪਰਮੇਸ਼ਰ ਦੇ ਭਗਤਾਂ 'ਚ ਕਰ ਲੈਂਦੇ ਨੇ ਪਰ ਅੰਦਰੂਨੀ ਤੌਰ ਦੇ ਉਤੇ ਸਾਡਾ ਜੋੜ ਸਾਡਾ ਸਾਡੀ ਸਾਂਝ ਸਾਡਾ ਰਿਲੇਸ਼ਨ ਜਿਹਦੇ ਨਾਲ ਜੋੜਿਆ ਜਾ ਰਿਹਾ ਹੁੰਦਾ ਕੋਈ ਨਹੀਂ ਉਹ ਟੁੱਟ ਚੁੱਕਿਆ ਹੁੰਦਾ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਉਹ ਲਿਖਦੇ ਨੇ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜੋ ਬੀਚ ਨਾ ਖਾਹੀ ਕੰਮ ਬੜਾ ਬਾਕਮਾਲ ਸ਼ਲੋਕ ਹੈ ਇਸ ਦਾ ਭਾਵ ਅਰਥ ਇਹ ਹੈ ਵੀ ਜਿਹੜੇ ਅੰਬਾਂ ਦੇ ਬੂਟੇ ਨੇ ਹਨੇਰੀਆਂ ਮੀਂਹ ਝੱਖੜ ਮੌਸਮ ਬਾ ਮੌਸਮ ਆਉਂਦੇ ਰਹਿੰਦੇ ਹਨੇਰੀ ਆਈ ਕਈ ਪੱਤੇ ਝੜ ਕੇ ਡਿਗ ਪਏ ਪਤ ਚੜਾਈ ਕਈ ਪੱਤੇ ਝੜ ਗਏ ਫਿਰ ਨਵੀਆਂ ਕੁੰਮਬਲਾਂ ਫੁੱਟੀਆਂ ਮੌਸਮ ਤੇ ਰੁੱਤ ਬਦਲਦੀ ਰਹੀ ਹੁਣ ਜਦੋਂ ਰੁੱਤ ਆਈ ਨਾ ਉਸ ਆਂਬ ਦੇ ਬੂਟੇ ਨੂੰ ਫਲ ਲੱਗਣਾ ਸੀ ਐਨ ਹਰੀਆ ਪਰਿਆ ਰੁੱਖ ਐ ਪੱਤੇ ਲੱਗੇ ਹੋਏ ਨੇ ਐਨ ਸੰਘਣੀ ਛਾਇ ਫਿਰ ਉਹਨੂੰ ਬੂਰ ਪਿਆ ਜਦੋਂ ਬੂਰ ਪੈ ਰਿਆ ਸੀ ਐਨ ਫਲਿਆ ਪਿਆ ਬੂਟਾ ਵੇਖਣ ਵਾਲੇ ਨੇ ਆਖਿਆ ਵੀ ਬਾਹ ਕਮਾਲ ਫੜ ਲੱਗੇ ਗਏ ਇੰਨਾ ਭਰਮਾ ਫੜ ਲੱਗੇਗਾ ਇਸ ਬੂਟੇ ਨੂੰ ਹਨੇਰੀ ਆਈ ਚਖੜ ਆਇਆ ਕਿੰਨਾ ਸਾਰਾ ਬੂਰ ਛੱਡ ਕੇ ਜ਼ਮੀਨ ਤੇ ਡਿੱਗ ਪਿਆ ਪਰ ਜਿਹੜਾ ਬੂਰ ਬਚਿਆ ਰਿਹਾ ਟਾਣੀ ਦੇ ਨਾਲ ਰੁੱਖ ਦੇ ਨਾਲ ਜੁੜਿਆ ਰਿਹਾ ਹੌਲੀ 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 ਉਹਨੇ ਪ੍ਰੋਗਰੈਸ ਕੀਤੀ ਉਹਨੇ ਆਪਣਾ ਸਫਰ ਕੀਤਾ ਤੇ ਉਹ ਕੱਚੀਆਂ ਅੰਬੀਆਂ ਦਾ ਰੂਪ ਧਾਰਨ ਕਰ ਗਿਆ ਜਿਹੜਾ ਡਿੱਗ ਪਿਆ ਸੀ ਉਹਨੇ ਥੋੜਾ ਕੁਝ ਵੰਡਦਾ ਸੀ ਜਿਹੜਾ ਜੁੜਿਆ ਰਿਹਾ ਹੁਣ ਹੋਇਆ ਕੀ ਵੀ ਹਨੇਰੀਆਂ ਫਿਰ ਵੀ ਆਈਆਂ ਝੱਖੜ ਫਿਰ ਵੀ ਆਏ ਕੱਚੀਆਂ ਅੰਬੀਆਂ ਵੀ ਕਈ ਟੁੱਟ ਕੇ ਜ਼ਮੀਨ ਤੇ ਡਿੱਗ ਪਈ ਹੁਣ ਉਹਨਾਂ ਨੇ ਪੱਕਣਾ ਨਹੀਂ ਸੀ ਜਿਹੜੀਆਂ ਟੁੱਟ ਗਈਆਂ ਜਿਹੜੀਆਂ ਜੁੜੀਆਂ ਰਹੀਆਂ ਉਹਨਾਂ ਨੇ ਪੱਕਣਾ ਸੀ ਤੇ ਜਿਹੜੀਆਂ ਹਨੇਰੀਆਂ ਝਖੜਾਂ ਦੀ ਤਾਬ ਸਹਿ ਗਈਆਂ ਤੇ ਟਾਣੀ ਨਾਲ ਜੁੜੀਆਂ ਰਹੀਆਂ ਹੌਲੀ 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 ਪੱਕ ਕੇ ਅੰਬ ਬਣ ਗਏ ਜਦੋਂ ਪੱਕ ਗਏ ਫਲ ਫਿਰ ਉਹਨਾਂ ਨੂੰ ਤੋੜਨ ਵਾਲੇ ਨੇ ਤੋੜਿਆ ਤੇ ਬਾਜ਼ਾਰ ਚ ਜਾ ਕੇ ਵੇਚਿਆ ਮਹਿੰਗੇ ਭਾਅ ਤੇ ਉਹ ਵਿਕੇ ਮੁੱਲ ਉਹਨਾਂ ਦਾ ਪਿਆ ਜਿਹੜੇ ਪੱਕ ਗਏ ਜਿਹੜੇ ਜ਼ਮੀਨ ਤੇ ਡਿੱਗਾ ਬੂਰ ਸੀ ਉਹਦੀ ਕੀਮਤ ਉਹ ਕਿੱਥੇ ਵਿਕਣਾ ਸੀ ਨਾ ਉਹਨਾਂ ਕਿਸੇ ਖਰੀਦਿਆ ਨਾ ਵੇਚਿਆ ਉਹ ਤਾਂ ਪਹਿਲਾਂ ਹੀ ਝੜ ਗਿਆ ਕਈ ਐਸੀਆਂ ਕੱਚੀਆਂ ਜੀ ਆਂਬੀਆਂ ਜਿਹੜੀਆਂ ਨਾ ਕਿਸੇ ਵੀ ਕੰਮ ਨਾ ਆਈਆਂ ਟੁੱਟ ਕੇ ਉਹ ਵੀ ਡਿੱਗ ਪਈਆਂ ਮੁੱਲ ਤੇ ਕੀਮਤ ਉਹਨਾਂ ਦੀ ਪਈ ਜਿਹੜੇ ਪੱਕ ਗਏ ਜਿਨ੍ਹਾਂ ਨੇ ਹਨੇਰੀਆਂ ਸਹੀਆਂ ਝਖੜ ਸਹਿ ਮੀਂਹ ਸਹਿਆ ਪਰ ਆਪਣੀ ਟਾਣੀ ਨਾਲੋਂ ਆਪਣੇ ਮੂਲ ਨਾਲੋਂ ਟੁੱਟੇ ਨਹੀਂ ਸਾਰਾ ਕੁਝ ਸਹਿਣ ਕੀਤਾ ਪਰ ਜੁੜੇ ਰਹੇ ਇਸ ਗੱਲ ਦਾ ਇੱਕ ਪ੍ਰਤੀਕ ਹੈ ਵੀ ਜਦੋਂ ਅਸੀਂ ਇਸ ਮਾਰਗ ਦੇ ਉੱਤੇ ਤੁਰਦੇ ਆ ਨਾ ਮੈਂ ਤਾਂ ਕੋਈ ਸੌ ਸੋਚੇ ਵੀ ਇਹ ਬੜਾ ਸਹੀਲਾ ਮਾਰਗ ਹੈ। ਸਮੱਸਿਆਵਾਂ ਇੱਥੇ ਵੀ ਹੋਣਗੀਆਂ। ਬੰਦਾ ਕਈ ਵਾਰ ਸੋਚਦਾ ਧਰਮ ਕਮਾਉਣਾ ਵੀ ਸਮੱਸਿਆਵਾਂ ਕੱਲੀਆਂ ਬਾਕੀ ਦੁਨੀਆ ਦਾ ਨਹੀਂ ਇੱਥੇ ਵੀ ਸਮੱਸਿਆਵਾਂ ਆ। ਉਹ ਸਾਰੀਆਂ ਚੀਜ਼ਾਂ ਤੁਹਾਡੇ ਰਸਤੇ ਦੀ ਰੁਕਾਵਟ ਬਣਦੀਆਂ ਨੇ ਜਿਨ੍ਹਾਂ ਸਦਕਾ ਤੁਸੀਂ ਟੁੱਟ ਸਕਦੇ ਹੋ। ਛੱਡ ਸਕਦੇ ਹੋ। ਰੁਕ ਸਕਦੇ ਹੋ। ਫੇਰ ਸਕਦੇ ਹੋ। ਤੁਹਾਡੇ ਅੰਦਰ ਬੜੀਆਂ ਚੀਜ਼ਾਂ ਪੈਦਾ ਹੋਣਗੀਆਂ ਬਾਹਰ ਦੀ ਸਿਚੁਏਸ਼ਨ ਪੈਦਾ ਹੋ ਜਾਏਗੀ ਅੰਦਰੋਂ ਮਨ ਬਾਰ-ਬਾਰ ਬਾਰ-ਬਾਰ ਤੁਹਾਨੂੰ ਰੋਕੇਗਾ ਕਿ ਸਾਰੀ ਦੁਨੀਆ ਤੇ ਆ ਕੰਮ ਕਰਦੀ ਤੂੰ ਇਕੱਲਾ ਕਿਹੜੇ ਰਾਹ ਤੇ ਤੁਰਿਆ ਹੋਇਆ ਅੰਦਰੋਂ ਤੇ ਬਾਹਰੋਂ ਕਈ ਸਮੱਸਿਆਵਾਂ ਨੇ ਇੱਕ ਬਿਨੈ ਮੈਂ ਹੋਰ ਕਰਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਲੋਕ ਹੀ ਸਮੱਸਿਆ ਨੇ ਯੋ ਕੋ ਮੈਂ ਪਾਠ ਕਰਦਾ ਤੇ ਲੋਕ ਕਹਿੰਦੇ ਅੱਛਾ ਤੂੰ ਹੁਣ ਭਾਈ ਬਣ ਗਿਆ ਤੂੰ ਬਾਬਾ ਬਣ ਗਿਆ ਮੈਂ ਗੁਰਦੁਆਰੇ ਜਾਂਦਾ ਤੇ ਲੋਕ ਮੈਨੂੰ ਆਖਣ ਲੱਗ ਅੱਛਾ ਤੂੰ ਰੋਜ਼ ਗੁਰਦੁਆਰੇ ਜਾਂਦਾ ਅਚ ਉਹਨਾਂ ਦੀ ਟਿਊਨ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਸਾਨੂੰ ਪਿੰਚ ਜੀ ਕਰਦੀ ਹੈ ਕਈ ਵਾਰ ਯੂ ਐਪਰੀਸ਼ੀਏਟ ਨਹੀਂ ਕਰਦੇ ਵੀ ਵਧੀਆ ਗੱਲ ਹੈ ਉਹਨਾਂ ਦੀ ਟਿਊਨ ਜਿਹੜੀ ਹੈ ਨਾ ਕਹਿਣ ਦਾ ਅੰਦਾਜ਼ ਇਸ ਤਰ੍ਹਾਂ ਦਾ ਹੋਏਗਾ ਵੀ ਸਾਨੂੰ ਇਉਂ ਫੀਲ ਉਹ ਕਰਵਾਉਣਗੇ ਵੀ ਜਿਵੇਂ ਅਸੀਂ ਨਾ ਕੋਈ ਗਲਤ ਜਿਹਾ ਕੰਮ ਕਰ ਰਹੇ ਹੋਈਏ ਇਹ ਬੰਦਾ ਡਰਿੰਕ ਕਰਦਾ ਡਰਿੰਕ ਛੱਡ ਗਿਆ ਸੁਣਨ ਵਾਲਿਆਂ ਦੀ ਜਿਨ੍ਹਾਂ ਨੂੰ ਪਤਾ ਉਹਨਾਂ ਦੀ ਟਿਊਨ ਇਸ ਤਰ੍ਹਾਂ ਦੀ ਵੀ ਸਾਨੂੰ ਰੀਅਲਾਈਜ਼ ਇਸ ਤਰ੍ਹਾਂ ਕਰਾਉਣਗੇ ਕਿ ਮੈਂ ਗਲਤੀ ਕਰ ਰਿਹਾ ਸੋਸਾਇਟੀ 'ਚ ਟੁੱਟ ਰਿਹਾ ਮੈਂ ਲੋਕਾਂ ਨਾਲ ਹਾਲਾਂਕਿ ਕੰਮ ਮੈਂ ਗਲਤ ਨਹੀਂ ਕੀਤਾ ਪਰ ਉਹਨਾਂ ਦੀ ਟਿਊਨ ਉਹ ਤੋਂ ਮੈਨੂੰ ਫੀਲਿੰਗ ਇਹ ਆਈ ਕਿ ਮੈਂ ਰੋਂਗਾ ਗਲਤਾਂ ਕਿਉਂਕਿ ਚਾਹੁੰਦੇ ਨਹੀਂ ਸਾਡੀ ਗਿਣਤੀ ਘਟੇ ਉਹਨਾਂ ਨੂੰ ਲੱਗਦਾ ਇੱਕ ਮਿੱਤਰ ਤਾਂ ਗਿਆ ਕੋਈ ਵੀ ਚੀਜ਼ ਲੈ ਲਓ ਇਹ ਤਾਂ ਮੈਂ ਕੇਵਲ ਇੱਕ ਫੋਰ ਐਗਜ਼ਾਮਪਲ ਗੱਲ ਕੀਤੀ ਆ ਆਪਾਂ ਨੂੰ ਲੱਗਦਾ ਇਹ ਸਮੱਸਿਆਵਾਂ ਹਨ ਨਹੀਂ ਅਸਲ 'ਚ ਇਹ ਸਮੱਸਿਆਵਾਂ ਨਹੀਂ ਹਨ ਇਹ ਬਾਹਰ ਦੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਸਮੱਸਿਆਵਾਂ ਸਾਡੇ ਅੰਦਰ ਹੁੰਦੀਆਂ ਨੇ ਕਿ ਅਸੀਂ ਉਹਨੂੰ ਫੀਲ ਕਰਦੇ ਆ ਕਿਸੇ ਨੇ ਕਿਹਾ ਤੇਰਾ ਪਹਿਰਾਵਾ ਚੰਗਾ ਨਹੀਂ ਅਸੀਂ ਫੀਲ ਕਰ ਗਏ ਕਿਸੇ ਨੇ ਕਿਹਾ ਤੇਰੀ ਬੋਲੀ ਬੈਕਵਰਡ ਹੈ ਅਸੀਂ ਫੀਲ ਕਰ ਗਏ ਕਿਸ ਨੇ ਕਿਹਾ ਤੂੰ ਰੋਜ਼ ਧਰਮ ਸਥਾਨ ਤੇ ਕੀ ਲੈਣ ਜਾਂਦਾ ਹੈ ਤੂੰ ਧਰਮ ਗ੍ਰੰਥ ਕਿਉਂ ਪੜ੍ਹਦਾ ਹੈ ਤੂੰ ਡਰਿੰਕ ਕਰਨੇ ਕਿਉਂ ਛੱਡ ਦਿੱਤੀ ਤੂੰ ਆਹ ਕੰਮ ਕਿਉਂ ਛੱਡ ਦ ਫੀਲ ਅਸੀਂ ਕੀਤਾ ਸਾਡੇ ਮਨ ਨੂੰ ਉਦੋਂ ਹੀ ਬਹਾਨਾ ਮਿਲ ਗਿਆ ਜਿਹੜਾ ਪਹਿਲਾਂ ਹੀ ਅਸੀਂ ਥੱਕੇ ਨਾਲ ਇਸ ਰਾਹ ਤੇ ਤੁਰ ਰਹੇ ਸਨ ਮਸਾਂ ਹੀ ਮੋੜ-ਮੋੜ ਕੇ ਉਹਨੂੰ ਬਹਾਨਾ ਮਿਲ ਗਿਆ ਵੇਖਿਆ ਲੋਕ ਵੀ ਇਸ ਤਰ੍ਹਾਂ ਚਾਹੁੰਦੇ ਨੇ ਛੱਡ ਪਰੇ ਬਹੁਤੇ ਅਸੀਂ ਇਸ ਤਰ੍ਹਾਂ ਦੇ ਹੀ ਆਂ ਇਸੇ ਚਾਹੁੰਦੇ ਹੁੰਦੇ ਆ ਕਿ ਬਾਹਰ ਕੋਈ ਸਿਚੁਏਸ਼ਨ ਕ੍ਰੀਏਟ ਹੋਵੇ ਮੈਨੂੰ ਬਹਾਨਾ ਮਿਲੇ ਤਾਂ ਮੈਂ ਛੱਡ ਛਡਾ ਕੇ ਫਿਰ ਉਹਨਾਂ ਚ ਜਾ ਰਲਾਂ ਕੋਈ ਸਹੀਲਾ ਮਾਰਗ ਥੋੜੀ ਮਨੁਸਟੇਬਲ ਰੱਖਣਾ ਸਮੱਸਿਆ ਸਿਚੁਏਸ਼ਨ ਬਾਹਰ ਵੀ ਹੈ ਅੰਦਰ ਵੀ ਹੈ ਦੋਹਾਂ ਪਾਸੇ ਹੀ ਮਨੁੱਖ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪ੍ਰੇਪੇਅਰ ਰੱਖਣਾ ਪੈਂਦਾ ਹੈ ਸਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਵਿਖਮ ਮਾਰਗ ਚੱਲਣਾ ਹੋ ਸਕਦਾ ਹੈ ਤੁਹਾਡੇ 50 ਮਿੱਤਰ ਹੋਣ ਤੇ 50 ਦੇ 50 ਹੀ ਇੱਕ ਪਾਸੇ ਹੋ ਜਾਣ ਤਾਂ ਤੁਸੀਂ ਫਿਰ ਵੀ ਆਪਣੇ ਆਪ ਨੂੰ ਸਟੇਬਲ ਰੱਖਣਾ ਹੋ ਸਕਦਾ ਹੈ ਸਾਰਾ ਜ਼ਮਾਨਾ ਹੀ ਤੁਹਾਡੇ ਉਲਟ ਹੋ ਜਾਏ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਜੇ ਮਾਰਗ ਪੰਡਿਤ ਗਏ ਪਾਛੈ ਪਰਿ ਬਹੀਰ ਇਕ ਕਬ ਕਟ ਘਾਟੀ RAM ਕੀ ਤੇਹ ਚੜ ਕਬੀਰ ਜੀ ਇਸ ਤਰ੍ਹਾਂ ਦੇ ਕਬੀਰ ਨਾ ਹੁੰਦੇ ਜੋ ਭੀੜ ਦੇ ਨਾਲ ਤੁਰਦੇ ਵੱਖਰੇ ਨੇਦਾਈਏ ਤੇ ਕਬੀਰ ਜੀ ਨੇ ਤਾਂ ਹੀ ਤੇ ਭਗਤ ਨੇ ਤਾਂ ਹੀ ਤੇ ਸਲਾਹੇ ਗਏ ਵਡਿਆਏ ਗਏ ਸਤਕਾਰੇ ਗਏ ਪਿਆਰੇ ਗਏ ਜਰਾ ਸੋਚੋ ਜੇ ਕਬੀਰ ਜੀ ਵੀ ਉਸ ਤਰ੍ਹਾਂ ਹੀ ਕਾਂਸ਼ੀ ਚ ਉਹੀ ਸਾਰਾ ਕੁਝ ਕਰ ਰਹੇ ਹੁੰਦੇ ਤੇ ਅੱਜ ਅਸੀਂ ਉਹਨਾਂ ਦਾ ਗੁਣਗਾਨ ਕਰਦੇ ਅੱਜ ਕਬੀਰ ਜੀ ਦਾ ਇਹ ਰੂਪ ਸਾਡੇ ਸਾਹਮਣੇ ਹੁੰਦਾ ਬਥੇਰੀਆਂ ਭੀੜਾਂ ਆਈਆਂ ਬਥੇਰੀਆਂ ਚਲੀਆਂ ਗਈਆਂ ਉਨਾ ਭੀੜਾਂ ਚ ਰਲਣਾ ਉਹਨਾਂ ਭੀੜਾਂ ਦਾ ਹਿੱਸਾ ਬਣ ਜਾਣਾ ਉਹੀ ਅਗਿਆਨਤਾ ਵਾਲੇ ਕੰਮ ਕਰੀ ਜਾਣਾ ਉਹਦੇ ਵਿੱਚੋਂ ਉਸ ਭੀੜ ਚੋਂ ਕਬੀਰ ਜੀ ਨਹੀਂ ਸਨ ਪੈਦਾ ਹੋ ਸਕਦੇ ਕਬੀਰ ਜੀ ਵੱਖਰੇ ਹੋ ਕੇ ਤੁਰੇ ਤਾਂ ਕਬੀਰ ਜੀ ਸੰਸਾਰ ਦੇ ਵਿੱਚ ਪ੍ਰਗਟ ਹੋਏ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੰਡਤ ਦੇ ਆਖਿਆਂ ਜਨੇਊ ਗਲ ਚ ਪਵਾ ਲੈਂਦੇ ਜੋ ਸਾਰੇ ਕਰਮ ਉਸ ਤਰ੍ਹਾਂ ਹੀ ਕਰ ਲੈਂਦੇ ਤੁਹਾਨੂੰ ਕੀ ਲੱਗਦਾ ਹੈ ਉਸ ਭੀੜ ਚ ਰਲ ਕੇ ਗੁਰੂ ਪਾਤਸ਼ਾਹ ਜੀ ਦੀ ਅਸਲ ਜਿਹੜੀ ਵਡਿਆਈ ਉਹ ਪ੍ਰਗਟ ਹੋ ਪਾਉਂਦੀ ਬਿਲਕੁਲ ਨਹੀਂ ਹੁੰਦੀ ਉਹਨਾਂ ਦਾ ਵੱਖਰਾਪਨ ਉਹਨਾਂ ਨੇ ਵੇਖੋ ਸਮੱਸਿਆ ਸੀ ਬਾਹਰ ਸਿਚੁਏਸ਼ਨ ਸੀ ਬਾਹਰ ਪਰ ਸਟੇਬਲ ਰਹੇ ਸਹਿਜ ਵਿੱਚ ਰਹੇ ਉਹਨਾਂ ਦਾ ਰੱਬ ਤੇ ਸਦਕ ਸਦਕ ਸਬੂਰੀ ਸਾਦਕਾਂ ਸਬਰ ਤੋਂ ਸਾ ਮਲਾਇਕਾ ਇੰਨੀ ਉੱਚੀ ਸੁਰਤ ਤਤੀਆਂ ਤਵੀਆਂ ਤੱਕ ਬੈ ਕੇ ਉਹਨਾਂ ਦੀ ਸੁਰਤ ਵਿੱਚੋਂ ਉਲਾਂਬਾ ਤੇ ਸ਼ਿਕਵਾ ਨਹੀਂ ਆਇਆ ਇਹ ਤਾਂ ਗੁਟਕਾ ਬੰਦ ਕਰਕੇ ਰੱਖ ਦਿੰਦੇ ਮਾੜੀ ਜੀ ਗੱਲ ਹੋ ਜਾਏ ਥੇਲੇ ਦਾ ਨੁਕਸਾਨ ਹੋ ਜਾਏ ਲੈ ਰੱਬ ਨੇ ਸੁਣੀ ਕੋਈ ਨਹੀਂ ਰੱਬ ਤੇ ਕੋਈ ਸਾਡੀ ਬਾਹ ਨਹੀਂ ਪੜਦਾ ਅਸੀਂ ਗੁਰੂ ਤੋਂ ਕੀ ਲੈਣਾ ਅਸੀਂ ਤਾਂ ਹਾਂ ਹੀ ਇਹਨਾਂ ਚੀਜ਼ਾਂ ਦੇ ਮੂਰੀਦ ਤਤੀ ਤਵੀ ਤੇ ਵੀ ਬਹਿ ਕੇ ਨਹੀਂ ਆਖਿਆ ਹੇ ਮੇਰੇ ਮਾਲਕ ਸਾਰੀ ਉਮਰ ਤੇਰੇ ਨਾਮ ਦੀ ਪੈਰਵੀ ਕੀਤੀ ਏ ਤੇਰੀ ਇਬਾਦਤ ਕੀਤੀ ਏ ਕਿਸੇ ਦਾ ਬੁਰਾ ਨਹੀਂ ਹੋਇਆ ਭਲਾਈ ਭਲਾ ਕੀਤਾ ਕੁੱਲ ਸੰਸਾਰ ਤੇ ਪਰਉਪਕਾਰ ਕੀਤੇ ਨੇ ਫਿਰ ਵੀ ਸਾਨੂੰ ਤਤੀ ਤਵੀ ਨਾ ਫਰਮਾਇਆ ਹਜ਼ੂਰ ਨੇ ਓਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਆਗਿਆ ਮਾਨ ਜਾਨ ਸੁਖ ਪਾਇਆ ਸੁਣ ਸੁਣ ਨਾਮ ਤੁਹਾਰੋ ਜਿਓ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਇਹ ਨੂੰ ਸਿੱਧ ਕਹੰਦੇ ਤੇ ਕਬੀਰ ਜੀ ਮਹਾਰਾਜ ਫਰਮਾ ਰਹੇ ਨੇ ਇਸ ਸ਼ਲੋਕ ਦੇ ਇਸ ਸ਼ਬਦ ਦੇ ਅੰਦਰ ਰਹਾਉ ਦੇ ਬੰਦ ਵਿੱਚ ਉਦਾਹਰਣ ਉਹਨਾਂ ਨੇ ਪ੍ਰਹਲਾਦ ਦੀ ਭਗਤ ਪ੍ਰਹਲਾਦ ਦੀ ਦਿੱਤੀ ਹੈ ਉਹ ਭਗਤ ਪ੍ਰਹਲਾਦ ਜੀ ਵੱਲੋਂ ਫਰਮਾਉਂਦੇ ਨੇ ਕਹਿੰਦੇ ਨੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਉਸਤਾਦਾਂ ਨੂੰ ਜਮਾਤੀਆਂ ਨੂੰ ਪਿਤਾ ਨੂੰ ਸਾਰਿਆਂ ਨੂੰ ਉਹਨਾਂ ਦੇ ਅਹਿਲ ਕਰ ਪਿਤਾ ਜੀ ਰਜਵਾੜੇ ਸਨ ਰਾਜੇ ਸਨ ਉਹਨਾਂ ਨੂੰ ਕਹਿ ਸੁਣਾਇਆ ਨਹੀਂ ਛੋਡਾਂ ਰੇ ਬਾਬਾ RAM ਨਾਮ ਸਰਵ ਵਿਆਪਕ ਪਰਮੇਸ਼ਰ ਦਾ ਨਾਮ ਮੈਂ ਨਹੀਂ ਛੱਡ ਸਕਦਾ ਭਾਵੇਂ ਉਹਨਾਂ ਦੇ ਉਸਤਾਦ ਉਹਨਾਂ ਨੂੰ ਸਲਾਹ ਪੜਾਉਣ ਵਾਲੇ ਉਸਤਾਦ ਟੀਚਰ ਸਲਾਹ ਦੇ ਰੇ ਛੱਡ ਦੇ ਤੇ ਤਾਂ ਗੁੱਸੇ ਵਿੱਚ ਹੈ ਮੇਰਾ ਨਾ ਜਪਣ ਦੀ ਬਜਾਏ ਤੂੰ ਰੱਬ ਦਾ ਨਾਮ ਜਪਦਾ ਮਾਂ ਵੀ ਡੋਲ ਗਈ ਉਹਨੇ ਕਿਹਾ ਪੁੱਤ ਛੱਡ ਤੇਰੇ ਪਿਓ ਦੇ ਸੁਭਾਅ ਦਾ ਤੈਨੂੰ ਪਤਾ ਹੀ ਹੈ ਇਹਨੇ ਤੈਨੂੰ ਬਖਸ਼ਣਾ ਨਹੀਂ ਸੇ 파ਠੀ ਜਿਹੜੇ ਪੜਦੇ ਸਨ ਨਾਲ ਉਹਨਾਂ ਨੇ ਵੀ ਆਖਿਆ ਪ੍ਰਲਾਦ ਤੂੰ ਕਿਹੜੇ ਪੰਗੇ ਚ ਪੈਣ ਲੱਗਿਆ ਜਾਨ ਗਵਾਏਗਾ ਸਾਰਿਆਂ ਨੂੰ ਇੱਕ ਟੋਕ ਫੈਸਲਾ ਦੇ ਦਿੱਤਾ ਕਹਿਣ ਲੱਗੇ ਨਹੀਂ ਛਡੋ ਰਹੇ ਬਾਬਾ ਰਾਮ ਥਿੜਕਣ ਨਹੀਂ ਭਟਕਣਾ ਨਹੀਂ ਜੋ ਅੰਜਾਮ ਹੋਏਗਾ ਵੇਖਿਆ ਜਾਏਗਾ ਪਰ ਜੇ ਰਸਤਾ ਲੈ ਲਿਆ ਜੇ ਸਰਾਹ ਤੇ ਤੁਰ ਪੈ ਤੇ ਤੁਰ ਪੈ ਗੱਲ ਖਤਮ ਹੈ ਹੁਣ ਮੈਂ ਵੇ ਹਾਂ ਨਾ ਹਾਂ ਨਾ ਕਰੀ ਜਾਵਾਂ ਪੀ ਹਾਂ ਕੋਈ ਨਹੀਂ ਚੋਰੀ ਚੋਰੀ ਰੱਬ ਰੱਬ ਕਰ ਲਿਆ ਇਹ ਵੀ ਕਾਦਾ ਨਾਮ ਹੈ ਜਿਹੜਾ ਤੁਸੀਂ ਗੁਲਾਮੀ ਦੇ ਸਾਹ ਹੇਠ ਜਪੋ ਯਾਦ ਰਹਿ ਭਗਤੀ ਤੇ ਪਰਫੁੱਲਤਾ ਹੈ ਲੋਕ ਕੇ ਰੱਬ ਰੱਬ ਕਰ ਲਿਆ ਬਾਹਰੋਂ ਬੰਦਾ ਕੁਝ ਹੋਰ ਹੋ ਗਿਆ ਇਧਰ ਕੁਝ ਹੋਰ ਹੋ ਗਿਆ ਉਧਰ ਕੁਝ ਹੋਰ ਹੋ ਗਿਆ ਇਹ ਬੰਦਗੀ ਨਹੀਂ ਹੁੰਦੀ ਨਾ ਹੀ ਇਹ ਧਰਮ ਹੁੰਦਾ ਤੇ ਨਾ ਹੀ ਇਹ ਇਮਾਨ ਹੁੰਦਾ ਤੇ ਤਿਤ ਮਖੌਟੇ ਹੁੰਦਣ ਕਦੇ ਧਾਰਮਿਕ ਬਣ ਜਾਓ ਕਦੇ ਸ਼ੈਤਾਨ ਬਣ ਜਾਓ ਕਦੇ ਕੁਝ ਬਣ ਜਾਓ ਨਹੀਂ ਧਾਰਮਿਕ ਹਾਂ ਤੇ ਹਾਂ ਜਿਹੜਾ ਰਾਹ ਚੁਣਿਆ ਉਸ ਰਾਹ ਦੇ ਉੱਤੇ ਹਾਂ ਉਹਨਾਂ ਨੇ ਆਖਿਆ ਨਹੀਂ ਛੋਡੋਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਉ ਨਹੀਂ ਕਾਮ ਸੰਡਾ ਤੇ ਮਰਕ ਉਸਤਾਦ ਉਹ ਪੜਾਈਏ ਰੈਸਨ ਹਰਨਾਖਸ਼ ਰੱਬ ਹੈ ਹਰਨਾਖਸ਼ ਭਗਵਾਨ ਹੈ ਹਰਨਾਖਸ਼ ਕਰਤਾ ਹੈ ਹਰਨਾਖਸ਼ ਪਾਲਣ ਆਰ ਹੈ ਹਰਨਾਖਸ਼ੀ ਸੰਭੋ ਕੋ ਜ ਉਹਨਾਂ ਆਖਿਆ ਜੀ ਇਹ ਲੈਸਨ ਬੰਦੋ ਨਹੀਂ ਪੜਾਉਣਾ ਤੁਸੀਂ ਤਨਖਾਹਦਾਰ ਮੁਲਾਜ਼ਮ ਹੋ ਸਕਦਾ ਤੁਹਾਨੂੰ ਡਰ ਹੋ ਸਕਦਾ ਮੇਰੇ ਪਿਤਾ ਦਾ ਪਰ ਸਚਾਈ ਇਹ ਹੈ ਕਿ ਹਰਨਾਕਸ਼ਾ ਨਾ ਤਾਂ ਰੱਬ ਹੈ ਨਾ ਪਾਲਣਹਾਰ ਹੈ ਨਾ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈ ਤੇ ਨਾ ਹੀ ਉਹ ਮਾਲਕ ਹੈ ਉਹ ਵੀ ਸਾਡੇ ਵਰਗਾ ਬੰਦਾ ਹੈ ਹਾਂ ਉਹਦੇ ਕੋਲ ਤਾਕਤ ਹੈ ਤੇ ਅੱਜ ਸਾਰੇ ਉਹਦਾ ਗੁਣਗਾਨ ਕਰਨ ਲੱਗੇ ਨੇ ਹਾਂਜੀ ਹਰਨਾਕਸ਼ ਰੱਬ ਹੈ ਮੈਂ ਨਹੀਂ ਮੰਨਦਾ ਤੁਸੀਂ ਇਸ ਝੂਠ ਨੂੰ ਪ੍ਰਵਾਨ ਕਰ ਲਿਆ ਜੀ ਸਦਕੇ ਕਰ ਲਿਆ ਤੁਹਾਡੀ ਮਰਜ਼ੀ ਹੈ ਮੈਂ ਨਹੀਂ ਕਰ ਸਕਦਾ ਇਸ ਕਰਕੇ ਮੈਨੂੰ ਇਹ ਲੈਸਨ ਨਹੀਂ ਪੜਾਉਣਾ ਮੈਨੂੰ ਇਹ ਪਾਠ ਨਹੀਂ ਸਿਖਾਉਣਾ ਨਾ ਮੈਂ ਸਿੱਖ ਸਕਦਾ ਪਤਾ ਹੁੰਦਿਓ ਆਂ ਵੀ ਇਹ ਲੈਸਨ ਪੜ੍ਹਨਾ ਮਤਲਬ ਹੈ ਵੀ ਤੁਸੀਂ ਆਤਮ ਹੱਤ ਕਰਨ ਲੱਗਿਓ ਆਪਣੀ ਆਤਮਾ ਨੂੰ ਆਪੇ ਹੀ ਮਾਰਨ ਲੱਗਿਓ ਤੁਸੀਂ ਉਹ ਬੋਝ ਜਿਹਦਾ ਜਿਹੜਾ ਤੁਸੀਂ ਅਗਿਆਨਤਾ ਕਰਕੇ ਨਹੀਂ ਜਾਣਬੁੱਝ ਕੇ ਚੁੱਕਣ ਲੱਗ ਪਏ ਇਹ ਮੇਰੀ ਆਤਮਿਕ ਉન્નਤੀ ਦੇ ਰਾਹ 'ਚ ਰੋੜਾ ਹੈ ਇਹ ਮੇਰੇ ਅੰਦਰ ਦੇ ਵਿਗਾਸ ਤੇ ਪਰਫੁੱਲਤਾ ਦਾ ਨੁਕਸਾਨ ਕਰੇਗਾ ਇਸ ਕਰਕੇ ਇਹ ਪਾਠ ਮੈਨੂੰ ਨਾ ਪੜਾਓ ਤੇਦਾ ਨਤੀਜਾ ਕੀ ਨਿਕਲਿਆ ਭਗਤ ਕਬੀਰ ਜੀ ਸੰਖੇਪ ਚ ਕਹਿੰਦੇ ਨੇ ਪ੍ਰਲਾਦ ਪਠਾਏ ਪੜਮਸ਼ਾਲ ਪਾਡਸ਼ਾਲਾ ਚ ਭੇਜਿਆ ਗਿਆ ਪ੍ਰਲਾਦ ਨੂੰ ਬਾਕੀ ਬੱਚਿਆਂ ਦੇ ਨਾਲ ਪੜਨ ਵਾਸਤੇ ਤੇ ਉਥੇ ਹਰਨਾਕਸ਼ਦਾਈ ਬੋਲਬਾਲਾ ਸੀ ਉਹ ਜਿੱਤੇ ਦੁਨਿਆਵੀ ਪੜਾਈ ਪੜਾਉਂਦੇ ਉਥੇ ਨਾਲ ਪਹਿਲਾ ਲੈਸ ਨੇ ਹਰਨਾਕਸ਼ੀ ਰੱਬ ਹੈ ਹਰਨਾਕਸ਼ੀ ਕਰਤਾ ਹੈ ਹਰਨਾਕਸ਼ੀ ਪ੍ਰਤਪਾਲਕ ਹੈ ਆਖਿਆ ਸੰਗ ਸਖਾ ਬੋਲੀਏ ਬਾਲ ਕਬੀਰ ਜੀ ਦੇ ਜਿਹੜੇ ਜਮਾਤੀ ਸਨ ਉਹਨਾਂ ਨੇ ਇਕੱਠੇ ਕਰਨੇ ਆਪਣੇ ਸਾਥੀ ਸਖੇ ਮਿੱਤਰ ਤੇ ਉਹਨਾਂ ਨੂੰ ਉਹਨਾਂ ਨੇ ਕਹਿਣਾ ਮੂਕੋ ਕਹਾ ਪੜਾਵੋ ਸਿਆਲ ਜਾਲ ਉਹਨਾਂ ਨੂੰ ਵੀ ਨਾਲ ਕਹਿਣਾ ਵੀ ਇਹ ਜੋ ਪੜਾਉਂਦੇ ਨੇ ਆਪਾਂ ਨੂੰ ਇਹ ਕੋ ਬਹੁਤਾ ਵਧੀਆ ਪਾਠ ਨਹੀਂ ਇਹ ਝੂਠ ਹੈ ਤੇ ਆਪਣੇ ਉਸਤਾਦਾਂ ਨੂੰ ਜਦੋਂ ਪੜਾਉਣ ਲੱਗੇ ਤੇ ਉੱਠ ਕੇ ਖਲੋ ਜਾਣਾ ਤੇ ਉਹਨਾਂ ਨੂੰ ਕਹਿਣਾ ਕਿ ਉਸਤਾਦ ਜੀ ਤੁਸੀਂ ਆ ਜਿਹੜਾ ਹੂਲ ਜਲੂਲ ਆ ਜੰਜਾਲਾਂ ਦੀ ਜਿਹੜੀ ਪੜ੍ਹਾਈ ਸਾਨੂੰ ਪੜਾਉਣ ਲੱਗਿਓ ਇਹਦਾ ਕੀ ਮਤਲਬ ਹੈ ਮੋਕੋ ਕਹਾ ਪੜਾਵੋ ਆਲ ਜਾਲ ਮੇਰੀ ਪਟੀਆਂ ਲਿਖਦੇ ਹੋ ਸ਼੍ਰੀ ਗੋਪਾਲ ਹਰਨਾਕਸ਼ ਦੀ ਜਗ੍ਹਾ ਦੇ ਉੱਤੇ ਜੇ ਤੁਸੀਂ ਅਸਲ ਰੱਬ ਦਾ ਨਾਂ ਲਿਖਦੇ ਹੋ ਮੇਰੀ ਪੱਟੀ ਦੇ ਉੱਤੇ ਮੇਰੀ ਫੱਟੀ ਦੇ ਉੱਤੇ ਜਿੱਤੇ ਉਹ ਅੱਖਰ ਪਾ ਕੇ ਮਹਾਰਨੀ ਸਿਖਾਉਂਦੇ ਸਨ ਤਉ ਜਿਆਦਾ ਵਧੀਆ ਪਾਠ ਹੋਏਗਾ ਪਰ ਆ ਜਿਹੜਾ ਤੁਸੀਂ ਆਲ ਜਾਲ ਭਾਵ ਉਲਝਣਾ ਦਾ ਪਾਠ ਪੜਾ ਰਹੇ ਹੋ ਅਗਿਆਨ ਦਾ ਪਾਠ ਪੜਾ ਰਹੇ ਹੋ ਇਹ ਕਾਦੇ ਲਈ ਪੜਾ ਰਹੇ ਹੋ ਹੁਣ ਉਸਤਾਦ ਸਾਨੂੰ ਉਹਨਾਂ ਨੂੰ ਲੱਗਿਆ ਵੀ ਹਰਨਾਕਸ਼ ਦਾ ਖੁੱਦ ਦਾ ਬੇਟਾ ਖੁੱਦ ਦਾ ਮੁੰਡਾ ਖੁੱਦ ਦਾ ਬੱਚਾ ਹੀ ਉਹਦੇ ਅਗੇਂਸਟ ਖੜਾ ਹੈ ਕੋਈ ਸਾਰੀ ਕਲਾਸ ਨੂੰ ਢੜਕਾਉਂਦਾ ਹੈ ਕੱਲ ਨੂੰ ਗੱਲ ਅੱਗੇ ਫੈਲ ਗਈ ਤੇ ਉਹ ਸਾਨੂੰ ਸਾਡੀ ਪੇਸ਼ੀ ਹੋਏਗੀ ਪਹਿਲਾਂ ਹੀ ਜਾ ਕੇ ਦੱਸ ਦਿੰਨੇ ਛੰਡਾ ਤੇ ਅਮਰਕ ਦੋਵੇਂ ਉਸਤਾਦ ਸਨ ਸੰਡਾ ਮਰਕਾ ਕਹੇ ਹੋ ਜਾਏ ਉਹਨਾਂ ਹਰਨਾਕਸ਼ ਕੋਲ ਪਹੁੰਚ ਕੀਤੀ ਆਖਿਆ ਜੀ ਤੁਹਾਡਾ ਬੱਚਾ ਨਾ ਤਾਂ ਆਪ ਪੜਦਾ ਹੈ ਤੇ ਨਾ ਹੀ ਜਮਾਤੀਆਂ ਨੂੰ ਪੜਨ ਦਿੰਦਾ ਉੱਠ ਕੇ ਖਲੋ ਜਾਂਦਾ ਐ ਅਸੀਂ ਉਹਨੂੰ ਕਹਿਣ ਜੋਗੇ ਵੀ ਨਹੀਂ ਕਿਉਂਕਿ ਤੁਹਾਡਾ ਬੱਚਾ ਪ੍ਰਿਲਾਦ ਬੁલાਏ ਬੇਗਤਾ ਹੈ ਹਰਨਾਕਸ਼ ਨੇ ਉਸੇ ਵੇਲੇ ਪ੍ਰਿਲਾਦ ਨੂੰ ਸੱਦ ਕੱਲਿਆ ਤੂੰ ਰਾਮ ਕਹਿਨ ਕੀ ਛੋੜ ਬਾਂਦ ਜਦੋਂ ਉਹਨੂੰ ਸੱਦਣ ਵਾਸਤੇ ਸਿਪਾਹੀ ਆ ਗਏ ਤਾਂ ਉਸਤਾਦਾਂ ਨੇ ਆਖਿਆ ਵੀ ਤੂੰ ਇਹ ਆਪਣੀ ਆਦਤ ਬਦਲ ਲੈ ਜੇ ਤੂੰ ਉੱਥੇ ਜਾ ਕੇ ਕਹਿ ਦੇਵੇਂ ਵੀ ਗਲਤੀ ਹੋਈ ਭੁੱਲ ਹੋਈ ਗਾਂ ਤੋਂ ਐਵੇਂ ਨਹੀਂ ਕਰਦਾ ਤੇਰੀ ਜਾਨ ਬਖਸ਼ੀ ਜਾਏਗੀ ਛੁੱਟ ਜਾਏਗਾ ਜੇ ਤੂੰ ਆਪਣੀ ਆਦਤ ਬਦਲਣ ਲਈ ਤਿਆਰ ਹੈ ਅਜੇ ਵੀ ਤੇ ਅਸੀਂ ਤੇਰੀ ਫਰਮਾਇਸ਼ ਕਰਾਂਗੇ ਤੁਝ ਤੁਰਤ ਛਡਾਉ ਮੇਰੋ ਕਯੋ ਮਾਨ ਸਾਡਾ ਕਹਾ ਮੰਨ ਉਸਤਾਦ ਨੇ ਕਿਹਾ ਮੇਰੀ ਗੱਲ ਮੰਨ ਮੈਂ ਤੈਨੂੰ ਹਣੇ ਛਡਾ ਲੈਣਾ ਵੀ ਚਲੋ ਕੋਈ ਨਹੀਂ ਬਚਿਆ ਅਗੋਂ ਪ੍ਰਲਾਦ ਦਾ ਜਵਾਬ ਸੀ ਮੋਕੋ ਕਹਾਂ ਸਤਾਵੋ ਬਾਰ-ਬਾਰ ਮੈਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ ਜਿਹੜੀ ਗੱਲ ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਕਹਿ ਰਿਹਾ ਮੈਂ ਉਹਦੇ ਤੋਂ ਥਿੜਕਣ ਵਾਲਾ ਨਹੀਂ ਇਸ ਕਰਕੇ ਮੈਨੂੰ ਪਰੇਸ਼ਾਨ ਨਾ ਕਰੋ ਤੁਹਾਡੀ ਗੱਲ ਮੈਨੂੰ ਪਰੇਸ਼ਾਨ ਕਰਦੀ ਏ ਔਰ ਸੱਚ ਹੈ ਪ੍ਰਭ ਜਲ ਥਲ ਗਿਰ ਕੀ ਏ ਪਹਾੜ ਅਸਲ ਮਾਲਕ ਵੇ ਜਿਨੇ ਧਰਤੀ ਪਾਣੀ ਪਹਾੜ ਪਰਬਤ ਤੇ ਸਾਰੀ ਕੁਦਰਤ ਸਾਜੀ ਏ ਇੱਕ RAM ਨਾ ਛੋਡਾਂ ਗੁਰੇਗਾਰ ਉਸ ਸਰਵ ਵਿਆਪਕ ਪਰਮੇਸ਼ਰ ਦੀ ਯਾਦ ਤੋਂ ਮੈਂ ਵਾਂਝਾ ਨਹੀਂ ਉਸ ਰੱਬ ਨੂੰ ਨਹੀਂ ਛੱਡ ਸਕਦਾ ਜਿਹੜਾ ਪਾਲਣ ਹਾਰ ਏ ਸਿਰਜਣ ਹਾਰ ਏ ਸਾਰਾ ਕੁਝ ਏ ਸਭਨਾ ਵਿੱਚ ਵਿਆਪਕ ਏ ਉਹਦਾ ਤਿਆਗ ਕਰਨਾ ਗੁਰੂ ਨੂੰ ਗਾਲ ਕੱਢਣ ਬਰਾਬਰ ਜਿਨੇ ਸਿੱਖਿਆ ਮੈਨੂੰ ਦਿੱਤੀ ਏ ਵੀ ਪਰਮੇਸ਼ਰ ਹੀ ਸਭ ਤੋਂ ਵੱਡੀ ਹਸਤੀ ਮੂਹ ਕੋ ਘਾਲ ਜਾਰ ਭਾਵੇਂ ਮਾਰ ਡਾਰ ਮਨੂੰ ਮੇਰਾ ਪਿਤਾ ਭਾਵੇਂ ਮਾਰੇ ਭਾਵੇਂ ਵੱਡੇ ਭਾਵੇਂ ਸਾਡੇ ਜੋ ਮਰਜ਼ੀ ਮੇਰੇ ਨਾਲ ਕਰੇ ਮੈਂ ਉਹ ਸਾਰਾ ਕੁਝ ਸਹਿਣ ਲਈ ਤਿਆਰ ਆ ਫਿਰ ਕੀ ਹੋਇਆ ਕਾਡ ਖੜਗ ਕੋਪਿਓ ਰਸਾਏ ਹਨਾਗਸ਼ ਗੁੱਸੇ ਚ ਆਇਆ ਉਹਨੇ ਆਪਣੀ ਤਲਵਾਰ ਕੱਢ ਲਈ ਕੋਪਿਓ ਮਤਲਬ ਗੁੱਸੇ ਚ ਰਸਾਇ ਕੌਣ ਸਿਖਾ ਕੇ ਕਰੋਧ ਵਿੱਚ ਆ ਕੇ ਤੁਝ ਰਾਖਨਾਰੋ ਮੋਹਿ ਬਤਾਏ ਕਹਿਣ ਲੱਗਾ ਹੁਣ ਮੈਂ ਵੇਨਾ ਤੈਨੂੰ ਕੌਣ ਬਚਾਉਂਦਾ ਹੈ ਦਸੋ ਕੌਣ ਹੈ ਜਿਹੜਾ ਤੈਨੂੰ ਬਚਾਏਗਾ ਪ੍ਰਭ ਥਭ ਮਤੇ ਨਿਕ세 ਕਹਿ ਵਿਸਥਾਰ ਵਿਸਥਾਰ ਦਾ ਮਤਲਬ ਹੁੰਦਾ ਪ੍ਰਗਟ ਹੋਣਾ ਵਿਸ਼ਾਲ ਰੂਪ ਚ ਹੋਣਾ ਸੁਪ੍ਰਾਣਕ ਹਵਾਲਾ ਉਵੇਂ ਹੀ ਵਰਤੇ ਤਤੇ ਥਮ ਦੇ ਵਿੱਚੋਂ ਪ੍ਰਭੂ ਪ੍ਰਗਟ ਹੋ ਗਿਆ ਉਹਦਾ ਰਖਣਾ ਹਰਨਾਖਸ਼ ਛੇਦਿਓ ਨਖ ਬਿਦਾਰ ਤੇਰਨਾ ਅਖਸ਼ ਨੂੰ ਆਪਣੇ ਨੋਹਾਂ ਦੇ ਨਾਲ ਉਸਨੇ ਪਾੜ ਸੁਟਿਆ ਕੋਈ ਪਰਮਪੁਰਖ ਦੇਵਾਦ ਦੇਵ ਸਭਨਾ ਤੋਂ ਵੱਡਾ ਦੇਵੀਪੁਰਖ ਪਰਮਪੁਰਖ ਜੋ ਸਾਰੇ ਸੰਸਾਰ ਦਾ ਕਰਤਾ ਹੈ ਮੂਲ ਹੈ ਵੱਡੀ ਹਸਤੀ ਹੈ ਭਗਤ ਹੇਤ ਨਰ ਸਿੰਘ ਭੇਵ ਨਰ ਮਨੁੱਖ ਨੂੰ ਕਹਿੰਦੇ ਨੇ ਸਿੰਘ ਸ਼ੇਰ ਨੂੰ ਕਹਿੰਦੇ ਨੇ ਅੱਧਾ ਤੜ ਮਨੁੱਖ ਦਾ ਤੇ ਅੱਧਾ ਸ਼ੇਰ ਦਾ ਸੋ ਕਥਾ ਉਥੇ ਪੁਰਾਣ ਚਵੇਂ ਆ ਕੁਝ ਪੀਰਨਾਗਸ਼ ਨੇ ਵਰ ਲਿਆ ਸੀ ਵੀ ਦਿਨ ਨਾ ਹੋਵੇ ਤੇ ਰਾਤ ਨਾ ਹੋਵੇ ਜਦੋਂ ਮੇਰੀ ਮੌਤ ਹੋਵੇ ਬੰਦਾ ਨਾ ਮਾਰ ਸਕੇ ਜਾਨਵਰ ਨਾ ਮਾਰ ਸਕੇ ਨਾ ਘਰ ਦੇ ਅੰਦਰ ਛੱਤ ਥੱਲੇ ਤੇ ਨਾ ਖੁੱਲੇ ਅਸਮਾਨ ਥੱਲੇ ਐਨ ਬਰੂਹਾਂ ਚ ਲਿਆ ਕੇ ਅੱਧਾ ਬੰਦਾ ਤੇ ਅੱਧਾ ਮਨੁੱਖ ਨਾ ਦਿਨ ਸੀ ਨਾ ਰਾਤ ਸੀ ਜਨਿ ਇਸ ਕਥਾ ਦੇ ਵਿੱਚੋਂ ਉਪਦੇਸ਼ ਇਹ ਹੈ ਕਿ ਮੌਤ ਤੋਂ ਕੋਈ ਨਹੀਂ बच ਸਕਦਾ ਜਿੰਨੀਆਂ ਮਰਜ਼ੀ ਕੋ ਲਿਸਟਾਂ ਤਿਆਰ ਕਰ ਲਿਆ ਵੀ ਆਹ ਕਾਰਨ ਨਹੀਂ ਹੋਣੇ ਚਾਹੀਦੇ ਕਾਰਨ ਹੋਰ ਵੀ ਬੜੇ ਨੇ ਜਿਹੜੇ ਸਾਡੇ ਦਿਮਾਗ 'ਚ ਨਹੀਂ ਆਏ ਬੜੇ ਕਾਰਨ ਬੜੇ ਰੀਜ਼ਨ ਜੋ ਸੱਚ ਉਹਨੇ ਵਾਪਰ ਹੀ ਜਾਣਾ ਹੁੰਦਾ ਹੈ ਭਾਵੇਂ ਹਰਨਾਕਸ਼ ਹੋਵੇ ਤੇਰਨਾਕਸ਼ ਤੋਂ ਵੀ ਵੱਡੀ ਕੋਈ ਤਾਕਤ ਹੋਵੇ ਔਰ ਬਾਣੀ ਚ ਲਿਖਿਆ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯਾ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਸਾਬ ਸਤਿਗੁਰੂ ਕਹਿੰਦੇ ਨੇ ਕਹ ਕਬੀਰ ਕੋ ਲਖੈ ਨਾ ਪਾਰ ਏਕਬੀਰ ਆਕ ਉਸ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੀ ਬੇਅੰਤਤਾਈ ਦਾ ਕੋਈ ਅੰਤ ਨਹੀਂ ਉਹ ਬੇਅੰਤ ਹੈ ਅਪਾਰ ਹੈ ਸਾਡੀ ਬੁੱਧ ਤੋਂ ਪਰੇ ਹੈ ਪ੍ਰਲਾਦ ਉਧਾਰੇ ਅਨਕ ਵਾਰ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਿੰਨੀਆਂ ਹੀ ਮੁਸ਼ਕਲਾਂ ਚੋਂ ਪ੍ਰਲਾਦ ਨੂੰ ਉਹਨੇ ਬਚਾਇਆ ਔਰ ਮੈਂ ਨਾਲੇ ਵੀ ਬਿਨੈ ਕਰਾਂ ਜਿਹੜੇ ਜ਼ਾਲਿਮਾਂ ਦੇ ਹੱਥੋਂ ਰੱਬ ਦੇ ਬੰਦੇ ਕੋਈ ਵੀ ਗਏ ਨੇ ਨਾ ਉਥੇ ਮਤ ਸੋਚਣਾ ਵੀ ਰੱਬ ਨੇ ਉਹਨਾਂ ਦੀ ਸਹਾਇਤਾ ਨਹੀਂ ਕੀਤੀ ਪ੍ਰਲਾਦ ਦੀ ਸਾਖੀ ਪੜ ਕੇ ਤੁਸੀਂ ਆਖੋ ਵੀ ਫਲਾਨੀ ਜਗ੍ਹਾ ਤੇ ਰੱਬ ਦੇ ਬੰਦੇ ਦੀ ਸਹਾਇਤਾ ਨਹੀਂ ਹੋਈ ਫਿਜ਼ੀਕਲੀ ਉਹਨਾਂ ਨੂੰ ਕਿਸੇ ਨੇ ਬਚਾਇਆ ਆ ਕੇ ਪਰ ਉਹਨਾਂ ਦੀ ਆਤਮਾ 'ਚ ਵਿਗਾਸ ਜ਼ੁਲਮ ਸਹਿਣ ਦੀ ਤਾਕਤ ਤੇ ਮੌਤ ਨੂੰ ਜੀਵਨ ਸਮਝਣ ਦੀ ਬਿਰਤੀ ਇਹ ਏਡੀ ਵੱਡੀ ਦਾਤ ਹੈ ਜਿਹੜੀ ਉਹਨਾਂ ਨੂੰ ਨਸੀਬ ਹੋਈ ਹੈ। ਔਰ ਉਹਨਾਂ ਦਾ ਅਡੋਲ ਰਹਿਣਾ ਹੀ ਇਹ ਰੱਬ ਦਾ ਪ੍ਰਤੱਖ ਪ੍ਰਮਾਣ ਹੈ, ਉਹਦੇ ਸਿੱਦਕ ਦਾ ਪ੍ਰਮਾਣ ਹੈ। ਸਹਿਬ ਸਤਿਗੁਰੂ ਕਿਰਪਾ ਕਰਨ। ਸ਼ਬਦ ਦਾ ਜੋ ਉਪਦੇਸ਼ ਹੈ ਸਾਡੇ ਮਨ ਹਿਰਦੇ 'ਚ ਵਸੇ, ਗਰੀਬ ਨਵਾਜ਼, ਹੋਈਆਂ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬੜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ